ਜੇਕਰ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਸਾਰੀ ਜ਼ਿੰਦਗੀ ਪੰਜਾਬ 'ਚ ਨਹੀਂ ਜਾ ਸਕਦੇ ਪੰਜਾਬ 'ਚ ਨਹੀਂ ਰਹਿ ਸਕਦੇ ਤੁਹਾਡੇ ਤੋਂ ਤੁਹਾਡੀ ਮਾਂ ਨੂੰ ਨਿੱਕੇ ਹੁੰਦੇ ਆ ਤੁਸੀਂ ਦੂਰ ਕਰ ਦਿੱਤਾ ਜਾਵੇ ਤਾਂ ਤੁਹਾਡੇ ਤੇ ਕੀ ਬੀਤੂਗੀ ਤੁਸੀਂ ਸੋਚ ਕੇ ਦੇਖੋ ਜਿਹੜੀ ਇਹ ਕਹਾਣੀ ਆ ਇਹ ਕਹਾਣੀ ਮਹਾਰਾਜਾ ਦਲੀਪ ਸਿੰਘ ਦੀ ਆ ਤੇ ਇਹ ਕਹਾਣੀ ਇਸੇ ਤਰ੍ਹਾਂ ਦੀ ਰਿਲੇਟ ਕਰਦੀ ਆ ਬਹੁਤ ਸਾਰੇ ਲੋਕਾਂ ਨੂੰ ਮਹਾਰਾਜਾ ਦਲੀਪ ਸਿੰਘ ਬਾਰੇ ਪਤਾ ਹੋਣਾ ਪਰ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਹ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖ ਲਿਓ ਤੁਹਾਨੂੰ ਤੁਹਾਡੇ ਸਵਾਲਾਂ ਦੇ ਬਹੁਤ ਸਾਰੇ ਜਵਾਬ ਮਿਲ ਜਾਣਗੇ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਮਹਾਰਾਜਾ ਦਲੀਪ ਸਿੰਘ ਨੇ ਕੀ ਕੀ ਦੁੱਖ ਹੰਢਾਏ ਸੀ ਜੇਕਰ ਮਹਾਰਾਜਾ ਦਲੀਪ ਸਿੰਘ ਦੀ ਗੱਲ ਕੀਤੀ ਜਾਵੇ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਤੇ ਸਿੱਖ ਰਾਜ ਦਾ ਅਖੀਰਲਾ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਰਾਜਗਦੀ ਤੇ ਬਹਾਇਆ ਤਾਂ ਉਹਨਾਂ ਦੀ ਉਮਰ ਸਿਰਫ 5 ਸਾਲ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਆ ਤਾਂ ਉਹ 1 ਸਾਲ ਦੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਜਿਹੜਾ ਡੋਗਰਿਆ ਨੇ ਰਲ ਮਿਲ ਕੇ ਅੰਗਰੇਜ਼ਾਂ ਨਾਲ ਰਲ ਮਿਲ ਕੇ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਝੁਲਮ ਹੋਇਆ ਸੀ ਬਹੁਤ ਕਟਵੱਡ ਹੋਈ ਸੀ ਪਰ ਅਖੀਰ ਨੂੰ ਮਹਾਰਾਣੀ ਮਹਾਰਾਣੀ ਜਿੰਦਾ ਨੇ 5 ਸਾਲ ਦੀ ਉਮਰ ਚ ਮਹਾਰਾਜਾ ਦਲੀਪ ਸਿੰਘ ਨੂੰ ਰਾਜਗਦੀ ਤੇ ਬਹਾ ਦਿੱਤਾ ਸੀ ਪਰ ਅੰਗਰੇਜ਼ਾਂ ਨੂੰ ਪਤਾ ਸੀ ਕਿ ਜੇ ਮਹਾਰਾਜਾ ਦਲੀਪ ਸਿੰਘ ਨੂੰ ਅਸੀਂ ਅੱਜ ਕਤਲ ਕਰਦੇ ਆ ਤਾਂ ਨਾਰਮਲ ਗੱਲ ਆ ਕਿ ਮਹਾਰਾਣੀ ਜਿੰਦਾ ਜਿਹੜੀ ਆ ਰਾਜ ਭਾਗ ਸੰਭਾਲੂਗੀ ਤੇ ਮਹਾਰਾਣੀ ਜਿੰਦਾ ਬਾਰੇ ਜੇਕਰ ਤੁਸੀਂ ਪੜ੍ਹੋ ਤੇ ਮਹਾਰਾਣੀ ਜਿੰਦਾ ਬਹੁਤ ਬਹਾਦਰ ਬਹੁਤ ਦਲੇਰ ਤੇ ਬਹੁਤ ਅ ਦੁੱਖ ਝੱਲਣ ਵਾਲੀ ਔਰਤ ਆ ਉਸ ਉਹਦੀ ਜ਼ਿੰਦਗੀ ਬਾਰੇ ਅੱਗੋਂ ਤੇ ਫੇਰ ਗੱਲ ਕਰਾਂਗੇ ਪਰ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਭਾਇਆ ਗਿਆ ਤਾਂ ਅੰਗਰੇਜ਼ਾਂ ਨੇ ਉਹਨਾਂ ਨੇ ਨਾਲ ਜਿਹੜੀ ਅੰਗਰੇਜ਼ਾਂ ਪਹਿਲੇ ਦਿਨ ਤੋਂ ਹੀ ਚਾਲਾਂ ਚੱਲਦੇ ਆਉਂਦੇ ਆ ਅੰਗਰੇਜ਼ਾਂ ਨੇ ਚਾਲਾਂ ਚੱਲ ਕੇ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ 'ਚ ਮਹਾਰਾਣੀ ਜਿੰਦਾ ਤੋਂ ਦੂਰ ਕਰ ਦਿੱਤਾ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਮਹਾਰਾਣੀ ਜਿੰਦਾ ਨੇਪਾਲ 'ਚ ਚਲੀ ਗਈ ਤੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਯੂਪੀ ਦੇ ਵਿੱਚ ਜਿਹੜਾ ਫਤਿਹਗੜਾ ਯੂਪੀ ਵਿੱਚ ਭੇਜ ਦਿੱਤਾ 5 ਸਾਲ ਦੀ ਉਮਰ 'ਚ ਤੇ ਉੱਥੇ ਜਿਹੜਾ ਉਹਦਾ ਪਾਲਣ ਪੋਸ਼ਣ ਸੀ ਇੱਕ ਅੰਗਰੇਜ਼ ਅਫਸਰ ਦੇ ਘਰੇ ਹੋਇਆ ਜਦੋਂ 5 ਸਾਲ ਦੀ ਉਮਰ 'ਚ ਕੋਈ ਵੀ ਬੱਚਾ ਹੁੰਦਾ ਨਾ ਤਾਂ ਉਹਦਾ ਤੁਹਾਨੂੰ ਪਤਾ ਹੈ ਜਿਹੜਾ ਦਿਮਾਗ ਹੁੰਦਾ ਉਹਨੂੰ ਇੰਨਾ ਨਹੀਂ ਪਤਾ ਹੁੰਦਾ ਮਹਾਰਾਜ ਦਲੀਪ ਸਿੰਘ ਨਾਲ ਵੀ ਇਹ ਕੀਤਾ ਗਿਆ 15 ਸਾਲ ਦੀ ਉਮਰ 'ਚ ਮਹਾਰਾਜ ਦਲੀਪ ਸਿੰਘ ਨੂੰ 크੍ਰਿਸਚੀਅਨ ਧਰਮ ਅਪਣਾਉਣਾ ਪਿਆ ਇਸਾਈ ਧਰਮ ਪਾਉਣਾ ਪਿਆ ਕਿਉਂਕਿ ਜਦੋਂ ਤੁਹਾਡਾ ਪਾਲਣ ਪੋਸ਼ਣ ਉਦਾਂ ਦਾ ਹੋ ਜਾਂਦਾ ਵਾ ਤਾਂ ਤੁਸੀਂ ਨਾਰਮਲ ਗੱਲ ਆ ਕਿ ਕਿਸੇ ਵੀ ਤਰ੍ਹਾਂ ਦਾ ਧਰਮ ਬਣਾ ਸਕਦੇ ਆ ਜਦੋਂ ਕਿਸੇ ਵੀ ਧਰਮ 'ਚ ਤੁਸੀਂ ਰਹਿਣ ਲੱਗ ਪੈਂਦੇ ਆ 15 ਸਾਲ ਦੀ ਉਮਰ 'ਚ ਜਦੋਂ ਮਹਾਰਾਜ ਦਲੀਪ ਸਿੰਘ ਨੂੰ ਇਸਾਈ ਧਰਮ ਅਪਣਾਇਆ ਗਿਆ ਤਾਂ 1857 54 ਦੇ ਵਿੱਚ ਮਹਾਰਾਜ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਜਾਂਦਾ ਇੰਗਲੈਂਡ ਭੇਜ ਕੇ ਉਹਨੂੰ ਉਹਦਾ ਜਿਹੜਾ ਉਹਦੀ ਜਿਹੜੀ ਮੁਲਾਕਾਤ ਆ ਉਹ ਮਹਾਰਾਣੀ ਵਿਕਟੋਰੀਆ ਦੇ ਨਾਲ ਹੁੰਦੀ ਹੈ ਜਿਹੜੀ ਉਸ ਟਾਈਮ ਦੀ ਮਹਾਰਾਣੀ ਸੀ ਮਹਾਰਾਜਾ ਦਲੀਪ ਸਿੰਘ ਦੇ ਆਉਣ ਤੋਂ ਪਹਿਲਾਂ ਹੀ 2 ਸਾਲ ਪਹਿਲਾਂ ਹੀ ਜਿਹੜਾ ਕੋਹੇਨੂਰ ਦਾ ਹੀਰਾ ਸੀ ਉਹ ਇੰਗਲੈਂਡ ਪਹੁੰਚ ਚੁੱਕਾ ਸੀ ਮਹਾਰਾਣੀ ਵਿਕਟੋਰੀਆ ਬਹੁਤ ਚਲਾਕ ਸੀ ਉਹਨੂੰ ਪਤਾ ਸੀ ਕਿ ਜੇਕਰ ਮੈਂ ਇਹ ਜਿਹੜਾ ਹੀਰਾ ਵਾ ਆਪਣੇ ਤਾਜ ਦੇ ਵਿੱਚ ਲਾਉਣੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਮੈਨੂੰ ਸਾਹਮਣਾ ਕਰਨਾ ਪੈ ਸਕਦਾ ਤਾਂ ਉਹਨੇ ਮਹਾਰਾਜਾ ਦਲੀਪ ਸਿੰਘ ਤੋਂ ਉਹ ਜਿਹੜਾ ਹੀਰਾ ਸੀ ਕੋਹੇਨੂਰ ਦਾ ਹੀਰਾ ਸੀ ਉਹ ਐਜ਼ ਅ ਗਿਫਟ ਲਿਆ ਠੀਕ ਆ ਤੇ ਜਦੋਂ ਐਜ਼ ਅ ਗਿਫਟ ਕੋਈ ਚੀਜ਼ ਲੈ ਲੈਂਦੇ ਆ ਤੇ ਉਹ ਚੀਜ਼ ਦਾ ਮਾਲਕ ਆਟੋਮੈਟਿਕ ਉਹ ਬੰਦਾ ਬਣ ਜਾਂਦਾ ਵਾ ਤੇ ਇਹੀ ਕਾਰਨ ਆ ਕਿ ਕੋਹੇ ਨੂਰ ਦਾ ਹੀਰਾ ਇਹ ਵੀ ਇੱਕ ਕਾਰਨ ਕਹਿ ਸਕਦੇ ਆ ਕਿ ਇਹ ਇੱਕ ਕਾਰਨ ਹੋ ਸਕਦਾ ਵਾ ਕਿ ਜਿਹੜਾ ਕੋਹੇ ਨੂਰ ਦਾ ਹੀਰਾ ਜਿਹਦੇ ਤੇ ਆਪਾਂ ਦਾਵਾ ਕਰਦੇ ਆ ਕਿ ਉਹ ਸਾਡਾ ਵਾ ਤੇ ਉਹ ਵਾਪਸ ਕਿਉਂ ਨਹੀਂ ਆ ਰਿਹਾ 1857 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਕਿਉਂਕਿ ਮਹਾਰਾਜਾ ਦਲੀਪ ਸਿੰਘ ਆਪਣਾ ਬਚਪਨ ਨਹੀਂ ਸੀ ਭੁੱਲਿਆ ਉਹਦੀਆਂ ਜੜੀਆਂ ਜੜੀਆਂ ਜੜਾਂ ਸੀ ਉਹ ਸਿੱਖ ਧਰਮ ਨਾਲ ਰਿਲੇਟ ਕਰਦੀਆਂ ਸੀ ਉਹਦੀਆਂ ਜੜਾਂ ਜਿਹੜੀਆਂ ਪੰਜਾਬ ਨਾਲ ਰਿਲੇਟ ਕਰਦੀਆਂ ਸੀ ਇਸ ਕਰਕੇ ਉਹ ਆਪਣਾ ਪਸ਼ੋਕੜਤਾ ਨਹੀਂ ਭੁੱਲਿਆ ਸੀ ਪਰ ਉਹਦੇ ਅੰਦਰ ਉਹ ਦਰਦ ਸੀ ਕਿ ਉਹ ਪੰਜਾਬ ਲਈ ਦਰਦ ਸੀ ਸਿੱਖ ਲਈ ਦਰਦ ਸੀ ਤਾਂ 1857 ਚ ਉਹ ਆਪਣੀ ਮਾਂ ਨੂੰ ਨਹੀਂ ਭੁੱਲਿਆ ਸੀ 1857 ਚ ਉਹ ਕਹਿੰਦਾ ਕਿ ਮੈਂ ਆਪਣੀ ਮਾਂ ਨੂੰ ਮਿਲਣਾ ਮੈਂ ਪੰਜਾਬ ਜਾਣਾ ਵਾ ਅੰਗਰੇਜ਼ਾਂ ਨੂੰ ਪਤਾ ਸੀ ਕਿ ਜੇਕਰ ਇਹ ਪੰਜਾਬ ਦੇ ਵਿੱਚ ਚਲਾ ਗਿਆ ਆਪਣੀ ਮਾਂ ਨਾਲ ਚਲਾ ਗਿਆ ਤੇ ਇਹ ਆਪਣਾ ਰਾਜ ਜਿਹੜਾ ਉਹ ਪੁਨਰ ਨਿਰਮਾਣ ਕਰ ਲੂਗਾ ਪਰ 1857 ਦੇ ਵਿੱਚ ਇੱਕ ਭਾਰਤ ਵਿੱਚ ਕ੍ਰਾਂਤੀ ਵੀ ਚੱਲ ਰਹੀ ਸੀ ਜੇਕਰ ਤੁਸੀਂ ਇਤਿਹਾਸ ਜਾਣਦੇ ਆ ਤਾਂ 1857 ਚ ਇੱਕ ਕ੍ਰਾਂਤੀ ਆ ਇਹਦੇ ਸਵਾਲ ਵੀ ਹੁੰਦੇ ਆ ਸ਼ਾਇਦ ਤੁਸੀਂ ਪੜੇ ਹੋਣ ਓਚਕਾ ਤੇ 1857 ਚ ਕ੍ਰਾਂਤੀ ਚੱਲ ਰਹੀ ਸੀ ਤਾਂ ਉਹਨਾਂ ਨੂੰ ਡਰ ਸੀ ਕਿ ਜੇਕਰ ਇਹ ਪੰਜਾਬ ਚਲਿਆ ਗਿਆ ਤੇ ਪੰਜਾਬ ਚ ਇਹਦਾ ਕੋਈ ਗ੍ਰਾਂੰਤੀ ਆ ਜੇ ਤਾਂ 1861 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਅਖੀਰ ਨੂੰ ਆਪਣੀ ਜिद ਕੀਤੀ ਕਿ ਮੈਂ ਆਪਣੀ ਮਾਂ ਨਾਲ ਮਿਲਣਾ। ਪਰੇਜਾ ਨੇ ਪੂਰੀ ਸਿਆਸਤ ਦੇ ਨਾਲ 1861 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਦੇ ਨਾਲ ਕਲਕੱਤੇ ਚ ਮਿਲਾਇਆ ਨਾ ਕਿ ਪੰਜਾਬ ਚ ਮਿਲਾਇਆ। ਜਿਹੜਾ ਇੱਕ ਗਾਲਾ ਅਰਜੰਟਨ ਲੋਦਾ ਸੀ ਕਿ ਪੁੱਤਾਂ ਕੇਸ ਕਿਉਂ ਕਟਾ ਲੇ ਜਿਹੜਾ ਇਸ ਤਰ੍ਹਾਂ ਦੀ ਇੱਕ ਲਾਈਨ ਸੀ ਮਹਾਰਾਣੀ ਜਿੰਦਾ ਤੇ ਉਹ ਗਾਣਾ ਗਾਇਆ ਗਿਆ ਸੀ ਤੇ ਉਹ ਲਾਈਨਾਂ ਉਸ ਟਾਈਪ ਦੀਆਂ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਹੀਆਂ ਸੀ ਕਿਉਂਕਿ ਉਹ ਖੁਸ਼ ਨਹੀਂ ਹੋਈ ਸੀ ਉਹਨੂੰ ਵੇਖ ਕੇ ਉਹਨੂੰ ਪਤਾ ਨਹੀਂ ਸੀ ਜਦੋਂ ਆਪਣੇ ਪੁੱਤਰ ਨੂੰ ਮਿਲ ਹੀ ਨਹੀਂ ਸੀ ਉਹ ਉਹ ਬਹੁਤ ਦੁਖੀ ਹੋਈ ਉਹਨੂੰ ਵੇਖ ਕੇ ਉਹਨੇ ਉਸ ਨੂੰ ਉਹਨੂੰ ਕਿਹਾ ਕਿ ਤੂੰ ਮਤਲਬ ਇੱਕ ਕਿਸ ਤਰ੍ਹਾਂ ਦਾ ਹਾਲ ਬਣਾ ਲਿਆ ਵਾ ਤੂੰ ਸਿੱਖਾਂ ਦਾ ਮਹਾਰਾਜਾ ਵਾ ਮੌਜੂਦਾ ਮਹਾਰਾਜਾ ਵਾ ਭਾਵੇਂ ਉਹਨਾਂ ਦਾ ਰਾਜ ਉਸ ਜਗ੍ਹਾ ਉਸ ਟਾਈਮ ਤੇ ਨਹੀਂ ਸੀ ਪਰ ਉਹਨੇ ਉਸ ਨੂੰ ਕਹ ਲੋ ਉਹ ਤੋਂ ਦੁਖੀ ਹੋਈ ਤਾਂ ਫਿਰ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਆ ਗਿਆ 2 ਸਾਲ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਦੇ ਨਾਲ ਰਹੀ ਆ 1863 ਈਸਵੀ ਵਿੱਚ ਮਹਾਰਾਣੀ ਜਿੰਦਾ ਵਾ ਜਿਹੜੀ ਉਹ ਕਾਲ ਚਲਾਣਾ ਕਰ ਜਾਂਦੀ ਆ ਪਰ ਉਸ ਤੋਂ ਪਹਿਲਾਂ ਉਹ ਉਹ ਕੰਮ ਕਰ ਜਾਂਦੀ ਆ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ ਜਿਹੜਾ ਉਹ ਪਿਛਲੇ 20-25 ਸਾਲਾਂ ਤੋਂ ਨਹੀਂ ਕਰ ਪਾਈ ਸੀ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਦੇ ਅੰਦਰ ਉਹ ਇੱਕ ਬੂਟਾ ਫੇਰ ਪਗੋਰ ਜਾਂਦੀ ਆ ਜਿਹੜਾ ਸਿੱਖ ਧਰਮ ਦੇ ਨਾਲ ਰੇਡ ਕਰਦਾ ਸੀ ਜਿਹੜਾ ਉਹਨਾਂ ਦੇ ਰਾਜ ਦੇ ਨਾਲ ਰਿਲੇਟ ਕਰਦਾ ਸੀ ਮਹਾਰਾਜ ਦਲੀਪ ਸਿੰਘ ਨੇ ਫਿਰ ਦੱਸਿਆ ਜਾਂਦਾ ਕਿ ਮਹਾਰਾਜ ਦਲੀਪ ਸਿੰਘ ਨੇ 1886 ਚ ਉਹਨੇ ਪੰਜਾਬ ਜਾਣ ਦੀ ਜ਼ਿੱਦ ਕੀਤੀ ਪਰ ਅੰਗਰੇਜ਼ਾਂ ਨੇ ਉਹਨੂੰ ਜਾਣ ਤੋਂ ਮਨਾ ਕਰਤਾ ਤਾਂ ਉਹ ਸਮੁੰਦਰ ਦੇ ਰਾਸਤੇ ਜ਼ਬਰਦਸਤੀ ਉਹ ਸਮੁੰਦਰ ਦੇ ਰਾਸਤੇ ਇੰਡੀਆ ਵੱਲ ਨੂੰ ਪੰਜਾਬ ਵੱਲ ਨੂੰ ਉਹਨੇ ਕੂਚ ਕੀਤਾ ਪਰ ਜਿਹੜੇ ਅੰਗਰੇਜ਼ ਸੀ ਅੰਗਰੇਜ਼ ਉਹਨਾਂ ਨੂੰ ਪਤਾ ਸੀ ਇਹ ਚੀਜ਼ਾਂ ਦਾ ਕਿ ਜੇ ਇਹ ਚਲਿਆ ਗਿਆ ਤੇ ਸਾਡੇ ਲਈ ਬਹੁਤ ਖਤਰਨਾਕ ਆ ਤਾਂ ਉਹਨਾਂ ਨੇ ਉਹਨੂੰ ਰਾਹ 'ਚ ਹੀ ਫੜ ਲਿਆ ਤੇ ਰਾਹ 'ਚ ਹੀ ਉਹਨੂੰ ਵਾਪਸ ਲੈ ਗਏ ਜਦੋਂ ਰਾਹ ਤੋਂ ਉਹਨੂੰ ਵਾਪਸ ਲੈ ਗਏ ਤਾਂ ਮਹਾਰਾਜ ਦਲੀਪ ਸਿੰਘ ਨੇ ਕਹਤਾ ਕਿ ਮੈਂ ਵਾਪਸ ਨਹੀਂ ਜਾਊਂਗਾ ਠੀਕ ਆ ਉਹ ਮੈਂ ਇੰਗਲੈਂਡ ਵਾਪਸ ਨਹੀਂ ਜਾਣਾ ਮੈਂ ਲੰਡਨ ਵਾਪਸ ਨਹੀਂ ਜਾਣਾ ਤਾਂ ਉਹ ਪੈਰਿਸ ਰੁਕ ਗਿਆ ਪੈਰਿਸ 'ਚ ਦੱਸਿਆ ਜਾਂਦਾ ਕਿ ਉਹਨੇ ਕਾਫੀ ਆਪਣਾ ਅਖੀਰਲਾ ਸਮਾਂ ਜਿਹੜਾ ਉਹ ਸਾਰਾ ਪੈਰਿਸ 'ਚ ਹੀ ਬਤਾਇਆ ਸੀ ਪਰ ਉਹਨੇ ਉਸ ਤੋਂ ਪਹਿਲਾਂ ਸਿੱਖ ਧਰਮ ਵੀ ਅਪਣਾ ਲਿਆ ਸੀ ਤੇ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਜਿਹੜੇ ਚਚੇਰੇ ਭਰਾ ਖੜਕ ਸਿੰਘ ਦੇ ਨਾਲ ਗੱਲ ਕੀਤੀ ਉਹਨੂੰ ਕਿਹਾ ਕਿ ਤੁਸੀਂ ਪੌਂਡੀਚਰੀ ਜਾਓ ਪੌਂਡੀਚਰੀ ਕਿਉਂਕਿ ਉਦੋਂ ਉਸ ਟਾਈਮ ਪੌਂਡੀਚਰੀ ਦੇ ਵਿੱਚ ਫਰਾਂਸ ਫਰਾਂਸ ਦਾ ਰਾਜ ਸੀ 1800 1800 ਦੀ ਗੱਲ ਹੈ ਕਿਉਂਕਿ ਜਿਹੜਾ ਭਾਰਤ ਤੇ ਪੂਰੀ ਤਰ੍ਹਾਂ ਜਿਹੜਾ ਰਾਜ ਕੀਤਾ ਸੀ ਨਾ ਅੰਗਰੇਜ਼ਾਂ ਨੇ ਉਹ 100 ਸਾਲ ਬਾਅਦ ਪੂਰੀ ਤਰ੍ਹਾਂ ਰਾਜ ਕੀਤਾ ਸੀ। ਕਈ ਜਗ੍ਹਾ ਫਰਾਂਸ ਦੀ ਸਰਕਾਰ ਵੀ ਸੀ ਠੀਕ ਆ ਫਰਾਂਸ ਦਾ ਰਾਜ ਵੀ ਸੀ। ਤਾਂ ਉਹਨੇ ਉਹਦੇ ਨਾਲ ਕਿਹਾ ਕਿ ਤੁਸੀਂ ਉੱਥੇ ਆਪਾਂ ਫਰਾਂਸ ਦੇ ਨਾਲ ਬਦ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਆਪਾਂ ਆਪਣੇ ਜਿਹੜਾ ਰਾਜ ਆ ਉਹਨੂੰ ਦੁਬਾਰਾ ਕਾਇਮ ਕਰਨ ਲਈ ਆਪਾਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਾਂਗੇ। ਦੱਸਿਆ ਜਾਂਦਾ ਕਿ ਜਿਹੜਾ ਮਹਾਰਾਜਾ ਰਦੀਪ ਸਿੰਘ ਸੀ ਮਹਾਰਾਜਾ ਦਲੀਪ ਸਿੰਘ ਨੇ ਰੂਸ ਦੇ ਨਾਲ ਵੀ ਗੱਲਬਾਤ ਕੀਤੀ ਸੀ ਤੇ ਹੋਰ ਆ ਯੂਰਪ ਦੇ ਦੇਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਜਿਹੜੇ ਉਸ ਟਾਈਮ ਪਾਵਰ ਰੱਖਦੇ ਸੀ। ਪਰ ਉਹਦੀ ਜਿਹੜਾ ਸਾਥ ਆ ਉਹ ਕਿਸੇ ਨੇ ਦਿੱਤਾ ਤੁਹਾਨੂੰ ਪਤਾ ਕਿ ਜਿਹੜਾ ਮਾੜੇ ਬੰਦੇ ਦਾ ਸਾਥ ਨਾ ਕੋਈ ਕੋਈ ਦਿੰਦਾ ਤਾਂ ਮਹਾਰਾਜ ਦਲੀਪ ਸਿੰਘ ਨੇ ਪਿੱਛੇ ਜਾਣ ਤੋਂ ਨਾ ਕਰਤਾ ਤੇ ਉਹਦੇ ਜਿਹੜੀ ਪਿੱਛੇ ਪੈਨਸ਼ਨ ਲੱਗੀ ਸੀ ਉਹ ਵੀ ਬੰਦ ਹੋ ਗਈ ਸੀ ਸਾਰਾ ਕੁਝ ਬੰਦ ਹੋ ਗਿਆ ਸੀ ਉਹਦਾ ਉਹ ਮਤਲਬ ਅੱਗੇ ਨੂੰ ਜਾਣ ਲਈ ਸੀ ਪਿੱਛੇ ਨੂੰ ਜਾਣ ਲਈ ਨਹੀਂ ਆਈ ਸੀ ਮਹਾਰਾਣੀ ਵਿਕਟੋਰੀਆ ਉਹਦਾ ਇੰਨਾ ਕਰਦੀ ਸੀ ਨਾ ਪਤਾ ਨਹੀਂ ਹੁਣ ਇਹ ਤੁਸੀਂ ਇਹ ਦੱਸ ਸਕਦੇ ਆ ਉਹਦਾ ਇਸ ਕਰਕੇ ਕਰਦੀ ਸੀ ਜਾਂ ਤਾਂ ਉਹਨੂੰ ਬਹੁਤ ਵਧੀਆ ਲੱਗਦਾ ਸੀ ਜਾਂ ਸਿਰਫ ਉਹਦੇ ਪਿੱਛੇ ਸਾਸਤ ਸੀ ਪਰ ਜਿਹੜਾ ਮੇਨ ਜੜਾ ਹੁੰਦੀ ਹੈ ਭਾਵੇਂ ਤੁਹਾਡਾ ਕੋਈ ਕਿੰਨਾ ਵੀ ਕਰ ਲੈ ਪਰ ਤੁਸੀਂ ਆਪਣੀਆਂ ਜੜ੍ਹਾਂ ਤੋਂ ਕਦੇ ਵੀ ਨਹੀਂ ਦੂਰ ਹੋ ਸਕਦੇ ਅਖੀਰ ਨੂੰ ਜਿਹੜਾ ਮਹਾਰਾਜ ਦਲੀਪ ਸਿੰਘ ਸੀ ਉਹਨੇ ਆਪਣੇ ਪੈਰਿਸ ਦੇ ਵਿੱਚ ਅਖੀਰਲੇ ਸਾਲ ਹੈ 1891 1891 ਜਾਂ 93 ਦੇ ਵਿੱਚ ਉਹਨੇ ਅਖੀਰਲੇ ਸਾਲ ਹੈ 21 ਅਕਤੂਬਰ ਨੂੰ ਅਖੀਰ ਅਖੀਰਲੇ ਸਹ ਜਦੋਂ ਉਹਨੇ ਲਏ ਤਾਂ ਉਹਦਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ ਮਹਾਰਾਜ ਦਲੀਪ ਸਿੰਘ ਦੇ ਜਿਹੜਾ ਵਿਆਹ ਹੋਇਆ ਸੀ ਠੀਕ ਹੈ ਮਹਾਰਾਜ ਦਲੀਪ ਸਿੰਘ ਦੀਆਂ 8 ਸੰਤਾਨਾਂ ਸੀ 8 ਸੰਤਾਨਾਂ ਦੇ ਵਿੱਚ ਉਹਦੇ ਸਾਰੇ ਪੁੱਤਰ ਹੀ ਸੀ ਪੁੱਤਰ ਪੁੱਤਰੀਆਂ ਸੀ ਕੋਈ ਪੋਤਰਾ ਨਹੀਂ ਸੀ ਕਿਉਂਕਿ ਅੰਗਰੇਜ਼ ਚਾਹੁੰਦੇ ਨਹੀਂ ਸੀ ਕਿ ਇਹਦੀ ਗਾਂ ਜਿਹੜੀ ਨਸਲ ਵਧੇ ਤੇ ਜਿਹੜੀ ਇਹ ਸਿੱਖ ਰਾਜ ਆ ਜਿਹੜਾ ਉਹਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਪਰ ਸਿੱਖਾਂ ਨੂੰ ਖਤਮ ਕਰਨ ਵਾਲਾ ਅਜੇ ਤੱਕ ਕੋਈ ਜੰਮਿਆ ਨਹੀਂ ਮੰਨਦੇ ਆ ਕਿ ਸਾਡੇ ਤੇ ਅੱਜ ਜਿਹੜਾ ਟਾਈਮ ਚੱਲ ਰਿਹਾ ਉਹ ਸਿੱਖਾਂ ਤੇ ਗੁਲਾਮੀ ਵਾਲਾ ਟਾਈਮ ਚੱਲ ਰਿਹਾ ਪਰ ਆਉਣ ਵਾਲਾ ਟਾਈਮ ਜਿਹੜਾ ਵਾ ਉਹ ਸਿੱਖ ਆਪਣਾ ਰਾਜ ਹਾਸਲ ਕਰਨਗੇ ਠੀਕ ਹੈ ਅੰਗਰੇਜ਼ਾਂ ਦੀਆਂ ਜਿਹੜੀਆਂ ਚਾਲਾਂ ਉਹ ਅੱਜ ਤੱਕ ਕਾਮਯਾਬ ਹੋ ਰਹੀਆਂ ਵਾਂ ਤੇ ਸਾਨੂੰ ਸਾਡਾ ਜਿਹੜਾ ਮਹਾਰਾਜਾ ਦਲੀਪ ਸਿੰਘ ਬਾਰੇ ਜੇ ਇਤਿਹਾਸ ਦੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਇੱਕ ਬਲੈਕ ਪ੍ਰਿੰਸ ਮੂਵੀ ਆਈ ਸੀ ਬਲੈਕ ਪ੍ਰਿੰਸ ਮੂਵੀ ਮੈਨੂੰ ਲੱਗਦਾ 50 ਚੋਂ 100 ਚੋਂ 50% ਲੋਕਾਂ ਨੇ ਵੇਖੀ ਹੋਊਗੀ ਬਹੁਤ ਸਾਰੀ ਇਤਰਾਸ ਦੀ ਹੈ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੀ ਨਹੀਂ ਜੇਕਰ ਸਾਡਾ ਇਤਿਹਾਸ ਆਪਾਂ ਗੱਲ ਕਰੀਏ ਨਾ ਸਾਡੇ ਇਤਿਹਾਸ ਦੀ ਸਾਡਾ ਇਤਿਹਾਸ ਬਹੁਤ ਵੱਡਾ ਵਾ ਅੋਰਲ ਟਾਈਮ 'ਚ ਆਪਾਂ ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਹੋਪ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ